ਰੈਡੀ ਮਨੁੱਖ ਨੂੰ ਕੁਦਰਤ ਨੇ ਸਿਆਣਪ ਦੀ ਦਾਤ ਬਖਸ਼ੀ ਹੈ। ਡੰਡੀ ਸੋਚਣ ਅਤੇ ਵਿਚਾਰਨ ਦੀ ਕੁਦਰਤ ਵੱਲੋਂ ਬਖਸ਼ੀ ਅਦਭੁਤ ਸ਼ਕਤੀ ਕਾਰਨ ਹੀ ਮਨੁੱਖ ਆਪਣੇ ਆਪ ਨੂੰ ਇਸ ਧਰਤੀ ਦਾ ਸਹਿਨਸ਼ਾਹ ਕਹਾਉਂਦਾ ਹੈ। ਡੰਡੀ ਇਹ ਵੱਖਰੀ ਗੱਲ ਹੈ ਕਿ ਮਨੁੱਖ ਆਪਣੀ ਸੂਝ ਦਾ ਉਸ ਤਰ੍ਹਾਂ ਦਾ ਪ੍ਰਗਟਾਵਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਇਸ ਤੋਂ ਉਮੀਦ ਕੀਤੀ ਜਾਂਦੀ ਹੈ। ਡੰਡੀ ਹਰ ਮਨੁੱਖ ਲਈ ਜ਼ਿੰਦਗੀ ਦੇ ਅਰਥ ਉਸ ਦੀ ਸੂਝ ਬੂਝ ਅਤੇ ਜੀਵਨ ਪ੍ਰਤੀ ਨਜ਼ਰੀਏ ਅਨੁਸਾਰ ਵੱਖਰੇ ਵੱਖਰੇ ਹੋ ਸਕਦੇ ਹਨ। ਡੰਡੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦਾ ਸਧਾਰਨ ਮਨੁੱਖ ਰੋਜ਼ੀ ਰੋਟੀ ਅਤੇ ਲੋੜਾਂ ਥੋੜਾਂ ਦੇ ਭਵਰ ਵਿੱਚ ਭਟਕਦਾ ਜੀਵਨ ਦੇ ਵਿਖੜੇ ਵੈਂਡਿਆਂ ਉੱਤੇ ਤੁਰਿਆ ਰਹਿੰਦਾ ਹੈ। ਡੰਡੀ ਇਸ ਅਜੀਬ ਜਿਹੀ ਭਟਕਣਾ ਵਿੱਚੋਂ ਬਾਹਰ ਨਿਕਲ ਕੇ ਕਿਸੇ ਹੋਰ ਗੱਲ ਵੱਲ ਝਾਕਣ ਦੀ ਉਸ ਨੂੰ ਨਾ ਸੋਝੀ ਹੁੰਦੀ ਹੈ ਅਤੇ ਨਾ ਹੀ ਵਿਹਲ। ਡੰਡੀ ਆਰਥਿਕ ਤੌਰ ਉੱਤੇ ਸਾਧਨ ਸੰਪੰਨ ਅਤੇ ਧਨ ਦੇ ਅੰਬਾਰ ਵਿੱਚ ਘਿਰੇ ਮਨੁੱਖਾਂ ਦੀ ਮਾਨਸਿਕਤਾ ਬਿਲਕੁਲ ਹੀ ਵੱਖਰੀ ਹੁੰਦੀ ਹੈ। ਡੰਡੀ ਉਹਨਾਂ ਦਾ ਸਮਾਂ ਬਹੁਤ ਕੀਮਤੀ ਹੁੰਦਾ ਹੈ ਅਤੇ ਕਾਰੋਬਾਰੀ ਰੁਝੇਵਿਆਂ ਵਿੱਚ ਰਾਤ ਦਿਨ ਭਟਕਦੇ ਰਹਿਣ ਕਾਰਨ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ। ਡੰਡੀ ਜੇ ਮਨੁੱਖ ਆਪਣੀ ਜ਼ਿੰਦਗੀ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਝਾਕੇ ਤਾਂ ਮੁਫਤ ਵਿੱਚ ਹੀ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ। ਡੰਡੀ ਜਿਉਂ ਜਿਉਂ ਸਮਾਂ ਬਦਲ ਰਿਹਾ ਹੈ ਤਿਉਂ ਤਿਉਂ ਅਜੋਕਾ ਮਨੁੱਖ ਅੰਤਰਮੁਖੀ ਹੋਈ ਜਾ ਰਿਹਾ ਹੈ। ਡੰਡੀ ਇਸ ਕਾਰਨ ਰੜੀ ਹੀ ਸਮਾਜ ਵਿੱਚ ਭਾਈਚਾਰਕ ਸਾਂਝਾਂ ਪੇਤਲੀਆਂ ਪੈਂਦੀਆਂ ਜਾ ਰਹੀਆਂ ਹਨ। ਡੰਡੀ ਹਉਮੈ ਅਤੇ ਸਵਾਰਥ ਭਾਰੂ ਹੋਣ ਨਾਲ ਮਨੁੱਖ ਵਿੱਚ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਘਟਦੀ ਜਾ ਰਹੀ ਹੈ। ਡੰਡੀ ਅੱਜ ਕੱਲ੍ਹ ਪੰਚਾਇਤ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। ਡੰਡੀ ਹਰ ਪਾਸੇ ਵੈਰ ਵਿਰੋਧ ਮਾਰ ਧਾੜ ਹੋ ਹੱਲਾ ਬਦਜਵਾਨੀ ਅਤੇ ਗੋਲੀਆਂ ਨਾਲ ਮਾਹੌਲ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਡੰਡੀ ਪੰਚੀ ਸਰਪੰਚੀ ਹਥਿਆਉਣ ਲਈ ਭਾਈਚਾਰਕ ਸਾਂਝ ਦੀਆਂ ਸਭ ਤੰਦਾਂ ਨੂੰ ਤੋੜ ਕੇ ਵੈਰ ਵਿਰੋਧ ਅਤੇ ਧੜੇਬੰਦੀਆਂ ਪੈਦਾ ਕਰਕੇ ਆਪਣੇ ਹਿੱਤ ਪਾਲੇ ਜਾ ਰਹੇ ਹਨ। ਡੰਡੀ ਅਹੁਦਿਆਂ ਦੀ ਚੌਧਰ ਦੀ ਲਾਲਸਾ ਵਿੱਚ ਨੈਤਿਕਤਾ ਸਦਾਚਾਰ ਅਤੇ ਭਰਾਤਰੀ ਸਾਂਝ ਨੂੰ ਨਫ਼ਰਤ ਵਿੱਚ ਬਦਲਿਆ ਜਾ ਰਿਹਾ ਹੈ। ਡੰਡੀ ਸੁੱਖ ਸ਼ਾਂਤੀ ਨਾਲ ਵੱਸਦੇ ਪਿੰਡਾਂ ਦੇ ਵਾਸੀਆਂ ਨੂੰ
ਨਿਗਰੀ ਸਿਆਸਤ ਨੇ ਆਪਣੇ ਰੰਗ ਵਿੱਚ ਰੰਗ ਲਿਆ ਹੈ ਡੰਡੀ। ਕਾਸ਼ ਲੋਕ ਸਮਝ ਸਕਦੇ ਇਹਨਾਂ ਚਾਲਾਂ ਨੂੰ। ਡੰਡੀ ਸਫਾਈ ਹਰ ਇੱਕ ਨੂੰ ਚੰਗੀ ਲੱਗਦੀ ਹੈ, ਪਰ ਕੀ ਇਕੱਲੇ ਘਰ ਦੀ ਸਫਾਈ ਹੀ ਜ਼ਰੂਰੀ ਹੈ? ਡੰਡੀ ਜੇ ਹਰ ਕੋਈ ਘਰ ਦਾ ਕੂੜਾ ਬਾਹਰ ਗਲੀ ਦੇ ਕਿਸੇ ਕੋਨੇ ਉੱਤੇ ਸੁੱਟੀ ਜਾਵੇ ਅਤੇ ਸਮਝ ਲਏ ਕਿ ਘਰ ਸਾਫ਼ ਹੋ ਗਿਆ ਹੈ, ਤਾਂ ਇਹ ਉਸ ਦੀ ਭੁੱਲ ਹੋਵੇਗੀ। ਡੰਡੀ ਸਾਡੇ ਪਿੰਡਾਂ ਸ਼ਹਿਰਾਂ ਮੁਹੱਲਿਆਂ ਵਿੱਚ ਲੱਗੇ ਗੰਦਗੀ ਦੇ ਢੇਰ ਸਾਡੀ ਇਸੇ ਮਾਨਸਿਕਤਾ ਦਾ ਹੀ ਸਬੂਤ ਹਨ। ਡੰਡੀ ਅਜਿਹੀ ਸਥਿਤੀ ਵਿੱਚ ਜਿੰਨੇ ਮਰਜ਼ੀ ਸਵੱਛ ਅਭਿਆਨ ਚਲਾ ਲਏ ਜਾਣ, ਕੋਈ ਲਾਭ ਨਹੀਂ ਹੋਣ ਲੱਗਾ। ਡੰਡੀ ਕਈ ਸਿਆਣੇ ਲੋਕਾਂ ਨੇ ਪਿੰਡਾਂ ਵਿੱਚ ਹਰ ਤੀਜੇ ਦਿਨ ਘਰਾਂ ਵਿੱਚੋਂ ਕੂੜਾ ਚੁੱਕਣ ਦਾ ਸੁਚੱਜਾ